ਉਧਰ ਨਾਰਵੇ ਦੇ ਸੰਗਨੀ ਵਸੋਂ ਵਾਲੇ ਰਿਹਾਇਸ਼ੀ ਇਲਾਕੇ ਦੇ ਵਿੱਚ ਜ਼ਮੀਨ ਤਸਨ ਕਰਨ ਲਾਪਤਾ ਲੋਕਾਂ ਚ ਹਾਲੇ ਵੀ 10 ਲੋਕਾਂ ਦੀ ਭਾਲ جاری ਹੈ। ਤਕਰੀਬਨ 1500 ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਭਾਵੇਂ ਪੰਚਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਹੋਈ ਇਸ ਮੰਦਭਾਗੀ ਘਟਨਾ ਚ ਬਿਲਡਿੰਗਾਂ ਧਰਤੀ ਦੇ ਅੰਦਰ ਜਾਂਦੀਆਂ ਵਖਾਈ ਦਿੱਤੀਆਂ। ਇਸ ਮੌਕੇ ਸਿੱਖ ਸੰਗਤ ਵੱਲੋਂ ਉਦਮ ਕਰਕੇ ਲੋੜਵੰਦ ਲੋਕਾਂ ਨੂੰ ਲੰਗਰ ਪੰਚਾਇਆ ਜਾ ਰਿਹਾ ਹੈ। ਓਸਲੋ ਗੁਰੂ ਘਰ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਵਿੱਚ ਹਰ ਰੋਜ਼ 300 ਦੇ ਕਰੀਬ ਲੋਕਾਂ ਨੂੰ ਲੰਗਰ ਭੇਜਿਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਪ੍ਰਸ਼ਾਸਨ ਜ਼ਿਆਦਾ ਲੋਕਾਂ ਨੂੰ ਖਾਣਾ ਭੇਜਣ ਦੀ ਇਜਾਜ਼ਤ ਦੇਵੇਗਾ ਤਾਂ ਸਿੱਖ ਸੰਗਤ ਇਸ ਲਈ ਵੀ ਤਿਆਰ ਹੈ ਬੋਧਵਾਦੀ ਰਾਤ ਪੈ ਇਸ 300 ਮੀਟਰ ਚੌੜੇ ਤੇ 700 ਮੀਟਰ ਡੂੰਘੇ ਜਮੀਨੀ ਪਾੜ ਵਿੱਚ ਹਾਲੇ ਵੀ 10 ਲੋਕਾਂ ਦੀ ਭਾਲ ਹੈ ਜਿਸ ਦੇ ਲਈ 스ਵੇਡਨ ਤੋਂ ਇੱਕ ਜਿਹੜੀ ਸਪੈਸ਼ਲ ਟੀਮ ਹੈ ਉਹ ਵੀ ਨਾਰਵੇ ਪਹੁੰਚੀ ਹੋਈ ਹੈ ਸੰਘਣੀ ਬਸੋਂ ਵਾਲੇ ਇਸ ਇਲਾਕੇ ਵਿੱਚ ਤਕਰੀਬਨ 9 ਬਿਲਡਿੰਗਾਂ ਦੇ ਧਰਤੀ ਦੇ ਵਿੱਚ ਗੜਕ ਜਾਣ ਦਾ ਖਤਸਾ ਹੈ ਧਰਤੀ ਵਿੱਚ ਪਏ ਇਸ ਪਾੜ ਦੇ ਕਾਰਨਾਂ ਦਾ ਹਾਲੀ ਤੱਕ ਕੁਝ ਪਤਾ ਨਹੀਂ ਲੱਗਾ ਪਰ ਇਸ ਘਟਨਾ ਦੇ ਤੁਰੰਤ ਬਾਅਦ ਹੀ ਨਾਲ ਲੱਗਦੇ ਰਹਿਸੀ ਇਲਾਕੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਨੇੜੇ ਦੇ ਹੋਟਲਾਂ ਦੇ ਵਿੱਚ ਮੂਵ ਕਰ ਦਿੱਤਾ ਗਿਆ ਸੀ ਜਿਵੇਂ ਹੀ ਇਸ ਖਬਰ ਦਾ ਜਿਹੜਾ ਹੈਗਾ ਆ ਪਤਾ ਸਿੱਖ ਸੰਗਤ ਨੂੰ ਲੱਗਾ ਗੁਰੂ ਘਰ ਉਸ ਨੂੰ ਲੱਗਾ ਤਾਂ ਉਹਨਾਂ ਨੇ ਉਸੇ ਟਾਈਮ ਹੀ ਜਿਹੜਾ ਲੰਗਰ ਦਾ ਪ੍ਰਬੰਧ ਲੋੜਵੰਦਾਂ ਦੇ ਲਈ ਕਰ ਦਿੱਤਾ ਗਿਆ ਸੀ ਪਹਿਲੇ ਦਿਨ ਤੋਂ ਲੈ ਕੇ ਹੀ ਲੋੜਵੰਦਾਂ ਨੂੰ ਜਿਹੜੀ ਹੈਗੀ ਆ ਤੇ तकरीबन 300 ਲੋਕਾਂ ਦਾ ਜਿਹੜਾ ਖਾਣਾ ਹੈਗਾ ਉਹ ਲੋੜਵੰਦਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਸੋ ਸੰਗਤ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਹੋਰ ਵੀ ਲੰਗਰ ਦੀ ਜ਼ਰੂਰਤ ਪਈ ਤਾਂ ਉਸ ਦੇ ਲਈ ਸੰਗਤ ਕਹਿ ਰਹੀ ਆ ਕਿ ਉਹ ਹਾਜ਼ਰ ਹਨ ਲੋੜਵੰਦਾਂ ਨੂੰ ਜਿਹੜਾ ਲੰਗਰ ਹੈ ਉਹ ਪਹੁੰਚਾਇਆ ਜਾਵੇਗਾ ਸੋ ਗੁਰੂ ਨਾਨਕ ਦੇਵ ਜੀ ਚਲਾਈ ਹੋਈ ਇਸ ਰੀਤ ਨੂੰ ਜਿਹੜੀ ਹੈ ਸਿੱਖ ਸੰਗਤ ਪੂਰੀ ਤਰ੍ਹਾਂ ਨੇ ਵਾਰ ਰਹੀ ਹੈ ਪਿਛਲੇ ਦਿਨਾਂ ਵਿੱਚ ਵੀ ਦੇਖਿਆ ਸੀ ਕਰੋਨਾ ਦੇ ਸਮੇਂ ਦੇ ਵਿੱਚ ਵੀ ਜਿਹੜਾ ਸੀ ਗਾ ਗੁਰੂ ਘਰ ਹੋਸਲੋ ਵੱਲੋਂ ਲੋੜਵੰਦਾਂ ਲਈ ਲੰਗਰ ਸੈਰ ਦੇ ਵਿੱਚ ਪਹੁੰਚਾਇਆ ਗਿਆ ਸੀ ਔਰ ਹਰ ਤਰ੍ਹਾਂ ਦੀ ਲੋੜਵੰਦਾਂ ਦੀ ਸੰਭਵ ਜਿਹੜੀ ਮਦਦ ਸੀਗੀ ਉਹ ਕੀਤੀ ਗਈ ਸੀ ਇਹ ਜੋ ਘਟਨਾ ਹੈ ਨਾਰਵੇ ਦੇ ਵਿੱਚ ਹੋਈ ਹੈ ਜਮੀਨ ਗਰਕ ਜਾਣ ਦੀ ਸੋ ਇਸ ਦਾ ਕਾਫੀ ਵੱਡਾ ਇੱਕ ਤਰ੍ਹਾਂ ਸਦਮਾ ਲੱਗਾ ਹੈ ਲੋਕ ਕਾਫੀ ਹੈਰਾਨ ਹਨ ਕਿ ਕਿਵੇਂ ਹੋਇਆ ਹੈ ਕਿਉਂਕਿ ਨਵਾਂ ਸਾਲ ਚੜ੍ਹਨ ਵਾਲਾ ਸੀ ਔਰ ਪਿਛਲੇ ਸਾਰਾ ਸਾਲ ਕਰੋਨਾ ਦੀ ਪ੍ਰਕੋਪੀ ਰਹੀ ਹੈ ਸੋ ਇਸ ਘਟਨਾ ਨੇ ਨੇੜੇ ਦੇ ਲੱਗੇ ਲਾਕਿਆਂ ਨੂੰ ਇੱਕ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੈ ਪਰ ਸਿੱਖ ਸੰਗਤ ਆਪਣੇ ਫਰਜ਼ ਨਿਭਾ ਰਹੀ ਹੈ ਉਹ ਲੋੜਵੰਦਾਂ ਨੂੰ ਲੰਗਰ ਪਹੁੰਚਾ ਰਹੀ ਹੈ ਔਰ ਜਿਹੜਾ ਪ੍ਰਸ਼ਾਸਨ ਵੀ ਆ ਉਹ ਵੀ ਇਹਨਾਂ ਦੇ ਕਾਰਨਾਂ ਨੂੰ ਲੱਭਣ ਦੇ ਲਈ ਝਟਿਆ ਹੋਇਆ ਹੈ ਪੀਟੀਸੀ ਨਿਊਜ਼ ਦੇ ਲਈ ਮੈਂ ਮਨਦੀਪ ਪੂਨੀਆ ਨੌਰਵੇ